ਫਿਰੋਜ਼ਪੁਰ ਜਿੱਥੋਂ ਸੁਖਬੀਰ ਸਿੰਘ ਬਾਦਲ ਐਮ ਪੀ ਬਣਦੇ ਰਹੇ ਆ, ਹਾਲਾਂਕਿ ਜਲਾਲਾਬਾਦ ਹਲਕਾ ਵਿਧਾਨ ਸਭਾ ਦਾ ਵੀ ਉਸੇ ਸੀਟ ਅੰਦਰ ਆਉਂਦਾ। ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਅੱਜ ਉੱਥੇ ਪ੍ਰਚਾਰ ਕਰਨ ਗਏ, ਫਰੀਦਕੋਟ ਵੀ ਕੀਤਾ। ਇਸ ਦੇ ਦੌਰਾਨ ਫਿਰੋਜ਼ਪੁਰ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਹ ਤਾਂ ਇੱਥੋਂ ਤੱਕ ਕਹਿ ਗਏ ਸੁਖਬੀਰ ਸਿੰਘ ਬਾਦਲ ਬਾਰੇ ਜਿਸ ਜਿਹੀਆਂ ਹਾਸੋਹੀਣੀਆਂ ਟਿੱਪਣੀਆਂ ਕਰਦੇ ਉਹ ਵੀ ਕੀਤੀਆਂ, ਨਾਲ ਇਹ ਕਿਹਾ ਕਿ ਉਹ ਤਾਂ ਡਰ ਕੇ ਹੀ ਛੱਡ ਗਏ ਸੀਟ ਕਿਉਂਕਿ ਪਤਾ ਹੈ ਕਿ ਇੱਥੇ ਆਮ ਆਦਮੀ ਪਾਰਟੀ ਨੇ ਜਿੱਤਣਾ। ਹਾਲਾਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੇ ਜਿਹੜਾ ਬੌਬੀ ਮਾਨ ਨੂੰ ਟਿਕਟ ਦੇ ਦਿੱਤੀ ਗਈ ਹੈ, ਸੁਖਬੀਰ ਸਿੰਘ ਬਾਦਲ ਨਹੀਂ ਲੜ ਰਹੇ। ਦੇਖੋ ਇਹ ਸ਼੍ਰੋਮਣੀ ਅਕਾਲੀ ਦਲ ਮੈਦਾਨ ਛੱਡ ਕੇ ਤਾਂ ਨਹੀਂ ਭੱਜਿਆ, ਮੈਦਾਨ ਛੱਡ ਕੇ ਭੱਜਦਾ ਜੇ ਉਹ ਬਠਿੰਡੇ ਤੋਂ ਨਾ ਲੜਦੇ। ਪਹਿਲਾਂ ਚਰਚਾ ਸੀ ਕਿ ਬਠਿੰਡਾ ਛੱਡ ਰਹੀ ਹੈ ਹਰਸਿਮਰਤ ਕੌਰ ਬਾਦਲ, ਉਹ ਫਿਰੋਜ਼ਪੁਰ ਜਾ ਸਕਦੀ, ਬੜੀ ਉਹ ਉਹਨਾਂ ਵਾਸਤੇ ਈਜ਼ੀ ਆ ਸੀਟ ਆ, ਖਡੂਰ ਸਾਹਿਬ ਲੜ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਹਾਰਨ ਤੋਂ ਬਾਅਦ 17 ਵੀ ਹਾਰੀ, 22 ਵੀ ਹਾਰੀ, ਬੁਰੀ ਤਰ੍ਹਾਂ ਹਾਰੀ, ਇੰਨੀ ਨਮੋਸ਼ੀ ਭਰੀ ਹਾਰ ਤਾਂ ਇਹਨਾਂ ਨੂੰ ਕਦੀ ਜ਼ਿੰਦਗੀ 'ਚ ਆਈ ਨਹੀਂ। ਇਹਨਾਂ ਨੂੰ ਤਾਂ ਇੱਦਾਂ ਦਾ ਭੈੜਾ ਸੁਪਨਾ ਵੀ ਨਹੀਂ ਆਇਆ ਹੋਊਗਾ, ਇਹ ਵੀ ਨਹੀਂ ਕਦੀ ਸੋਚਿਆ ਹੋਊਗਾ ਕਿ ਸਾਡੇ ਇੰਨੇ ਮਾੜੇ ਹਾਲਾਤ ਹੋ ਜਾਣਗੇ ਸਿਆਸੀ ਤੌਰ 'ਤੇ, ਇੰਨੇ ਕਮਜ਼ੋਰ ਹੋਏ ਕਿ ਸਾਨੂੰ ਲੋਕ ਟਿੱਚਰਾਂ ਕਰਨਗੇ। ਕੋਈ ਕਹਿੰਦਾ ਸੀ ਕਿ ਸਕੂਟਰ ਪਾਰਟੀ ਬਣ ਗਈ ਕਿ 3 ਜਣੇ ਇੱਕੋ ਸਕੂਟਰ 'ਤੇ ਬੈਠ ਕੇ ਜਾ ਸਕਦੇ ਨੇ, ਜਿਵੇਂ ਆਮ ਆਦਮੀ ਪਾਰਟੀ ਵਾਲੇ ਬੀਜੇਪੀ ਨੂੰ ਕਹਿੰਦੇ ਉੱਥੇ 3 MLA ਜਿੱਤੇ ਵੀ ਇਹ ਟੈਂਪੂ ਪਾਰਟੀ ਆ। ਹੁਣ ਅਕਾਲੀ ਦਲ ਨੇ ਜਦੋਂ ਇੱਕ ਪੜਚੋਲ ਕੀਤੀ ਹੈਗੀ ਆ ਲੀਡਰਸ਼ਿਪ ਨੂੰ ਲੈ ਕੇ, ਚੇਂਜ ਨੂੰ ਲੈ ਕੇ, ਔਰ ਮੰਥਨ ਕੀਤੇ ਨੇ, ਉਹਦੇ 'ਚ ਇਕਬਾਲ ਸਿੰਘ ਝੁੰਦਾ ਜਿਹੜੇ ਸੰਗਰੂਰ ਤੋਂ ਹੁਣ ਉਮੀਦਵਾਰ ਬਣੇ ਨੇ, ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣੀ ਜਿਹਦੇ 'ਚ ਬਹੁਤ ਸਾਰੇ ਮੈਂਬਰ ਸੀ। ਉਹਨਾਂ ਨੇ ਕਿਹਾ ਸੀ ਕਿ ਪਾਰਟੀ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਗੀ, ਜਾਂ ਤਾਂ ਹਰਸਿਮਰਤ ਕੌਰ ਬਾਦਲ ਲੜਦੀ ਜਾਂ ਸੁਖਬੀਰ ਸਿੰਘ ਬਾਦਲ ਲੜਦਾ ਗਾ। ਹੁਣ ਇਸ ਕਰਕੇ ਉਹਨਾਂ ਨੂੰ ਉਹਨਾਂ ਵਾਸਤੇ ਜਿਹੜੀ ਵਕਾਰ ਦੀ, ਪਰਿਵਾਰ ਦੀ ਅਤੇ ਨੱਕ ਦਾ ਸਵਾਲ, ਉਹ ਬਠਿੰਡਾ ਬਣਿਆ, ਫਿਰੋਜ਼ਪੁਰ ਨਹੀਂ ਸੀ, ਕਿਉਂਕਿ ਫਿਰੋਜ਼ਪੁਰ ਤਾਂ ਲੜਦੇ ਜਾਂ ਪਾਰਟੀ ਇਹ, ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਵੀ ਲੜਦੇ ਅਤੇ ਹਰਸਿਮਰਤ ਕੌਰ ਵੀ ਬਾਦਲ ਲੜਦੇ, ਹੋ ਸਕਦਾ ਕਿ ਦੋਨੇ ਹਾਰ ਜਾਂਦੇ। ਐਟ ਸਮ ਸੁਖਬੀਰ ਸਿੰਘ ਬਾਦਲ ਕਿਉਂਕਿ ਪ੍ਰਧਾਨ ਔਰ ਪਹਿਲੀ ਦਫਾ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਗੈਰ ਇਲੈਕਸ਼ਨ ਲੜ ਰਹੇ ਹੈਗੇ ਨੇ, ਇਸ ਇਹਨਾਂ ਵਾਸਤੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਪੰਜਾਬ ਦੇ ਵਿੱਚ ਇੱਕ ਸਟੇਟਸ, ਇੱਕ ਰੁਤਬਾ, ਪੰਜਾਬ ਛੱਡੋ ਦੁਨੀਆ ਭਰ ਦੇ ਵਿੱਚ, ਸਟੇਟ ਭਾਰਤ ਦੇ ਵਿੱਚ ਸਟੇਟਸ ਵੱਡਾ ਉਹਨਾਂ ਦਾ। ਕੱਲ੍ਹ ਹੀ ਨਰਿੰਦਰ ਮੋਦੀ ਸਾਹਿਬ ਨੇ ਉਹਨਾਂ ਨੂੰ ਯਾਦ ਕੀਤਾ, ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈਗੀ ਨਾ, ਅਤੇ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਗੈਰ ਇਲੈਕਸ਼ਨ ਲੜ ਰਿਹਾ ਪਹਿਲੀ ਵਾਰ, ਕਿਉਂਕਿ ਉਹਨਾਂ ਦੀ ਮੌਤ ਹੋ ਗਈ ਆ, 22 ਵੀ ਤਾਂ ਉਹਨਾਂ ਦੀ ਅਗਵਾਈ 'ਚ ਹੀ ਲੜੀ ਗਈ ਨਾ। ਹੁਣ ਸੁਖਬੀਰ ਸਿੰਘ ਬਾਦਲ ਨੂੰ ਸਾਰੀਆਂ 13 ਸੀਟਾਂ ਦੀ ਜ਼ਿੰਮੇਵਾਰੀ ਲੈਣੀ ਪੈਣੀ ਆ। ਉਹਨਾਂ ਲੱਗਦਾ ਕਿ ਜੇ ਅਸੀਂ ਦੋਨੇ ਲੜਦੇ ਮੀਆਂ ਬੀਬੀ, ਦੋਨਾਂ ਦਾ ਹੀ ਨੁਕਸਾਨ ਹੋ ਸਕਦਾ, ਜਿਵੇਂ ਹਰਿਆਣੇ ਦੇ ਵਿੱਚ 2019 ਦੇ ਵਿੱਚ ਹੁੱਡਾ ਵੀ ਲੜਿਆ ਅਤੇ ਉਹਦਾ ਮੁੰਡਾ ਦਪਿੰਦਰ ਹੁੱਡਾ ਵੀ ਲੜਿਆ, ਉਹ ਦੋਵੇਂ ਹਾਰ ਗਏ। ਇਸ ਕਰਕੇ ਉਹਨਾਂ ਲੱਗਾ ਹੋਊਗਾ ਕਿ ਇੱਕ ਤਾਂ ਪਾਰਟੀ ਨੇ ਜਦ ਫੈਸਲਾ ਲੈ ਲਿਆ ਕਿ ਇੱਕ ਇਲੈਕਸ਼ਨ, ਜੇ ਪਾਰਲੀਮੈਂਟ ਦੀ ਇਲੈਕਸ਼ਨ ਤਾਂ ਪਰਿਵਾਰ ਇੱਕ ਲੜੂਗਾ, ਵਿਧਾਨ ਸਭਾ ਦੀ ਇਲੈਕਸ਼ਨ ਤਾਂ ਪਰਿਵਾਰ ਇੱਕ ਲੜੂਗਾ, ਭੱਜਣ ਭਜਾਉਣ ਵਾਲਾ, ਕਿਉਂਕਿ ਹਰ ਪਾਰਟੀ ਅਗਲੇ ਨੂੰ ਤਾਂ ਛੋਟਾ ਦੱਸਦੀ ਹੈਗੀ ਨਾ ਕਿ ਉਹ ਸੁਖਬੀਰ ਸਿੰਘ ਬਾਦਲ ਡਰ ਕੇ ਭੱਜ ਗਿਆ, ਵੀ ਸਾਡੇ ਗੋਲਡੀ ਕੰਬੋਜ ਨੇ 22 ਦੀਆਂ ਇਲੈਕਸ਼ਨ ਦੇ ਵਿੱਚ 31,000 ਦਾ ਸ਼ਗਨ ਪਾ ਕੇ ਹਰਾ ਕੇ ਭੇਜਿਆ ਗਿਆ। ਉਹ ਪੋਲੀਟੀਕਲ ਸਟੇਟਮੈਂਟ, ਕਿਉਂਕਿ ਬੀਤੇ ਦਿਨ ਉਹਨਾਂ ਨੇ ਉੱਥੇ ਪ੍ਰਤਾਪ ਸਿੰਘ ਬਾਜਵਾ ਨੂੰ ਟਿੱਚਰਾਂ ਕੀਤੀਆਂ, ਮੁੱਖ ਮੰਤਰੀ ਨੂੰ ਤਾਂ ਲੱਗਦਾ ਨਾ ਕਿ ਵਿਰੋਧੀ ਕਿੱਥੇ ਆ, ਕਿ ਇੱਥੋਂ, ਕਿਉਂਕਿ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। ਔਰ ਫਿਰੋਜ਼ਪੁਰ ਅਕਾਲੀ ਦਲ ਨੇ ਜਿੱਤਿਆ ਬੜੀ ਵਾਰ, 3 ਵਾਰਾਂ 'ਤੇ ਅਕਾਲੀ ਦਲ ਜੋਰਾ ਸਿੰਘ ਮਾਣ ਰਹੇ ਨੇ, 2 ਵਾਰ ਬਹੁਜਨ ਸਮਾਜ ਪਾਰਟੀ ਦੇ ਰਹੇ ਨੇ ਜਦੋਂ ਅਕਾਲੀ ਦਲ ਦੇ ਨਾਲ ਗੱਠਜੋੜ ਸੀ 96 ਤੋਂ ਪਹਿਲਾਂ, ਫਿਰ ਸ਼ੇਰ ਸਿੰਘ ਘੁਬਾਇਆ ਜਿੱਤੇ ਆ ਗਏ ਨੇ, ਫਿਰ ਸੁਖਬੀਰ ਸਿੰਘ ਬਾਦਲ ਜਿੱਤ ਗਏ ਨੇ, ਅਤੇ ਅਕਾਲੀ ਦਲ ਦੀ ਉਹ ਸੀਟ ਬੜੀ ਸੌਖੀ ਆਸਾਨੀ ਜਿੱਥੇ ਜਿੱਤ ਸਕਦੇ ਨੇ। ਹਾਲਾਂਕਿ ਉਸ ਤੋਂ ਬਾਅਦ ਹੁਣ ਆ ਉਹਨਾਂ ਨੇ ਜੋਰਾ ਸਿੰਘ ਮਾਨ ਦਾ ਮੁੰਡਾ, ਪਹਿਲਾਂ ਨੂਨੀ ਮਾਨ ਨੂੰ ਦਿੱਤਾ ਸੀ, ਉਹ ਹਾਰਦਾ ਵਿਚਾਰਾ, ਵਿਧਾਨ ਸਭਾ ਵੀ ਹਾਰਦਾ ਰਿਹਾ, ਉਹਦੇ ਹੁਣ ਭਰਾ ਨੂੰ ਦਿੱਤਾ, ਬੌਬੀ ਮਾਨ ਨੂੰ ਦੇ ਦਿੱਤਾ, ਦਿੱਤੀ ਉਸੇ ਟੱਬਰ ਦੇ ਵਿੱਚ ਹੀ ਆ, ਕਿਉਂਕਿ ਉਹਨੂੰ ਲੱਗਦਾ ਹੋਊਗਾ ਕਿ ਉਹੀ ਕਾਬਲ ਨੇ ਜਾਂ ਪੈਸਾ ਉਹੀ ਖਰਚ ਕਰ ਸਕਦੇ ਨੇ। ਪਰ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ, ਕਿਉਂਕਿ ਅਕਾਲੀ ਦਲ ਨੂੰ ਲੈ ਕੇ, ਅਤੇ ਜਿਹੜਾ ਸ਼ਹਿਰ 'ਚ ਉਹਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੂੰ ਕਿ ਇਹਨਾਂ ਨੂੰ ਸਿਆਸੀ ਤੌਰ 'ਤੇ ਕਿਵੇਂ ਨਿੰਦਣਾ ਹੈਗਾ, ਉਹਨਾਂ 'ਚ ਤਾਂ ਕਲਾ ਹੈ।
ਪਰ ਲੋਕ ਕਿੰਨੇ ਉਸ ਗੱਲਾਂ ਦਾ ਪ੍ਰਚਾ ਮਨ ਪ੍ਰਚਾਵਾ ਜਾਂ ਲੋਕ ਪ੍ਰਚਾਵਾ ਹੋ ਰਿਹਾ ਉਹ ਲੋਕਾਂ ਨੇ ਇੱਕ ਤਰੀਕ ਨੂੰ ਡਿਸਾਈਡ ਕਰਨਾ ਹੈਗਾ। ਪਰ ਇਹ ਆ ਕਿ ਮੁੱਖ ਮੰਤਰੀ ਕੋਈ ਵੀ ਮੌਕਾ ਨਹੀਂ ਛੱਡਦੇ, ਬੀਜੇਪੀ 'ਤੇ ਵੀ ਬਰਾਬਰ ਦਾ ਨਿਸ਼ਾਨਾ ਲਾਉਂਦੇ ਕਿ ਕਿਸਾਨ ਜੇ ਬਰਬਾਦ ਹੋਇਆ ਬੀਜੇਪੀ ਆ, ਜੇ ਪੰਥ ਬਰਬਾਦ ਹੋਇਆ ਤਾਂ ਅਕਾਲੀ ਦਲ ਆ, ਜੇ ਕਾਂਗਰਸ ਨੇ ਨੁਕਸਾਨ ਕੀਤਾ ਹੈਗਾ ਤਾਂ ਕਾਂਗਰਸ 'ਤੇ ਹੈਗਾ, ਕਿਉਂਕਿ ਉਹਨਾਂ ਵਾਸਤੇ ਚਾਰੇ ਖਾਨੇ ਖੁੱਲ੍ਹੇ ਨੇ। ਔਰ ਇਸ ਟਾਈਮ ਕਾਂਗਰਸ ਦੀ ਆਪਸੀ ਕਲੇਸ਼ ਆ, ਅਕਾਲੀ ਦਲ ਹੱਲੇ ਵੀ ਉੱਠ ਨਹੀਂ ਰਿਹਾ। ਹੋ ਸਕਦਾ ਕਿ ਇਸ ਵਾਰ ਉਹਨਾਂ ਨੂੰ ਚੰਗੇ ਰਿਜ਼ਲਟ ਆ ਜਾਣ, ਚੰਗੀ ਵੋਟ ਪੈ ਜੇ, ਜਿਵੇਂ ਬੀਜੇਪੀ ਨੂੰ ਆਸ ਆ ਕਿ ਇਸ ਵਾਰ ਭਗਵਾਨ ਰਾਮ ਦੇ ਮੰਦਰ ਤੋਂ ਬਾਅਦ ਲੋਕ ਸਾਡੇ ਨਾਲ ਬੜੇ ਜੁੜਨਗੇ, ਜਾਂ ਕਿਸਾਨ ਜਿਵੇਂ ਸਾਡਾ ਵਿਰੋਧ ਕਰਨੇ ਨੇ ਅਤੇ ਪੰਜਾਬ ਦਾ ਇੱਕ ਜਿਹੜਾ ਵਰਗ ਆ ਉਹ ਸਾਡੇ ਪ੍ਰਤੀ ਹਮਦਰਦੀ ਜਿਤਾਏਗਾ। ਹਰ ਕੋਈ ਜੋੜ ਤੋੜ ਕਰਦਾ ਹੈਗਾ ਨਾ, ਅਤੇ ਇਸ ਕਰਕੇ ਹੁਣ ਇਹ ਜਿਹੜੇ CM ਸਾਹਿਬ ਦੀ ਸਟੇਟਮੈਂਟ ਆ ਉਹ ਅੱਜ ਦੇ ਮੌਕੇ ਫਿੱਟ ਆ, ਪਰ ਉਹ ਲੋਕਾਂ ਨੇ ਡਿਸਾਈਡ ਕਰਨਾ ਕਿ ਫਿਰੋਜ਼ਪੁਰ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ, ਜਿਹੜਾ ਮੁਕਤਸਰ ਦੇ MLA ਨੇ ਜਿਨ੍ਹਾਂ ਨੂੰ ਕਾਕਾ ਬਰਾੜ ਕਹਿੰਦੇ ਨੇ, ਉਹਨਾਂ ਦਾ ਮੁਕਾਬਲਾ ਉੱਥੇ ਬੌਬੀ ਮਾਨ ਦੇ ਨਾਲ, ਹਜੇ BJP ਨੇ ਆਪਣਾ ਮੈਦਾਨ ਖਿਡਾਰੀ ਮੈਦਾਨ 'ਚ ਉਤਾਰਨਾ ਕਿ ਉਹ ਕਿਹਨੂੰ ਉਤਾਰਨਗੇ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਤਾਰਨਗੇ ਜਾਂ ਉਹ ਰਮਿੰਦਰ ਆਂਵਲਾ ਦੇ ਪਿੱਛੇ ਉਹਨਾਂ ਨੂੰ ਲੜਨਗੇ, ਇਹ ਸਾਰਾ ਕੁਛ ਡਿਸਾਈਡ ਹੋਣਾ। ਪਰ ਇਹ ਇਸ ਵਾਰ ਇਹ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਵੱਡੇ ਚਿਹਰੇ ਗੁੰਮਨਾਮ ਨੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਚਲੋ ਦੁਨੀਆ ਛੱਡ ਗਏ ਨੇ, ਫਿਰ ਕੈਪਟਨ ਅਮਰਿੰਦਰ ਸਿੰਘ ਹਾਲੇ ਤੱਕ ਦਿਖਾਈ ਨਹੀਂ ਦੇ ਰਹੇ, ਨਵਜੋਤ ਸਿੰਘ ਸਿੱਧੂ ਨਹੀਂ ਦਿਖਾਈ ਦੇ ਰਹੇ, ਜਿਹੜੇ ਪੰਜਾਬ ਦੇ ਚਿਹਰੇ ਸੀ। ਕੈਪਟਨ ਅਮਰਿੰਦਰ ਸਿੰਘ ਸ਼ਾਇਦ ਚੰਡੀਗੜ੍ਹ ਹੀ ਨੇ, ਉਹਨਾਂ ਦੀ ਘਰਵਾਲੀ ਪਟਿਆਲੇ ਤੋਂ ਪ੍ਰਨੀਤ ਕੌਰ ਚੋਣ ਲੜ ਰਹੀ ਆ, ਪੱਲੇ ਹਾਲੇ ਤੱਕ ਨਹੀਂ ਗਈ। ਪਰ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਵੀ ਉਹ ਮੌਕੇ 'ਤੇ ਜਾਂਦੇ ਹੁੰਦੇ, ਉਹਨਾਂ ਸ਼ਹਿਰ ਹੀ ਕੱਢਣਾ। ਹੋ ਸਕਦਾ ਕਿ ਜਿੱਦਣ ਉਹਨੇ ਨੋਮੀਨੇਸ਼ਨ ਕਰਨੀ ਹੈ ਪ੍ਰਨੀਤ ਕੌਰ ਹੋਣਾਂ ਨੇ, ਉਹਦੇ ਇੱਕ ਪਟਿਆਲੇ ਦੇ ਲੋਕਾਂ ਨੂੰ ਰੋਡ ਸ਼ੋਅ ਜਿਹਾ ਦਿਖਾ ਦੇਣ, ਗੇੜੀ ਜੀ ਮਰਵਾ ਦੇਣ ਕੈਪਟਨ। ਪਰ ਇਸ ਵਾਰ ਪੰਜਾਬ ਜਿਹੜੀ ਲੋਕ ਸਭਾ ਚੋਣਾਂ ਹੋ ਰਹੀਆਂ ਪੰਜਾਬ ਦੀਆਂ, ਵੱਖਰੀਆਂ ਵੱਖਰੀਆਂ ਵੀ ਲੱਗ ਰਹੀਆਂ ਔਰ ਦਿਲਚਸਪ ਮੁਕਾਬਲੇ ਵੀ ਹੋਣਗੇ। ਟੱਕਰ ਬੜੀ ਤਗੜੀ ਹੋਊਗੀ, ਚਾਹੇ ਉਹ ਟੱਕਰ ਲਾ ਲਓ ਤੁਸੀਂ ਸੰਗਰੂਰ ਦੀ ਲਾਓ, ਚਾਹੇ ਬਠਿੰਡਾ ਦੀ ਲਾਓ, ਚਾਹੇ ਪਟਿਆਲਾ ਦੀ ਲਾਓ, ਚਾਹੇ ਖਡੂਰ ਸਾਹਿਬ ਦੀ ਲਾਓ। ਇਹ ਟੱਕਰ ਹਜੇ ਤਾਂ ਕਾਂਗਰਸ ਪਾਰਟੀ ਨੇ ਵੀ ਗੁਰਦਾਸਪੁਰ ਤੋਂ ਉਮੀਦਵਾਰ ਦੇਣਾ, ਅਨੰਦਪੁਰ ਸਾਹਿਬ ਤੋਂ ਉਮੀਦਵਾਰ ਦੇਣਾ, ਲੁਧਿਆਣੇ ਤੋਂ ਦੇਣਾ, ਖਡੂਰ ਸਾਹਿਬ ਤੋਂ, ਜੋ ਆਪਣੇ ਜਾਣਕਾਰ ਦੱਸਦੇ ਨੇ ਕਿ ਰਾਣਾ ਗੁਰਜੀਤ ਸਿੰਘ ਦਾ ਪੱਕਾ ਹੀ ਹੋ ਗਿਆ, ਇੱਕ ਦੋਨਾਂ ਦੇ ਵਿੱਚ ਜਿਹੜੀ ਸਥਿਤੀ ਆ ਹੀ ਜਾਏਗੀ। ਪਰ ਇਹ ਹੈ ਕਿ ਅਕਾਲੀ ਜਿੱਦਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵਾਰ ਵਾਰ ਕਿ ਅਸੀਂ 13 ਦੀਆਂ 13 ਜਿੱਤਣੀਆਂ ਹੈ ਨਾ, ਜਾਂ ਉਹ ਅਕਾਲੀ ਦਲ ਅਤੇ ਜਾਂ ਕਾਂਗਰਸ ਕਹਿ ਰਹੇ ਕਿ ਕਿਤੇ 0-13 ਨਾ ਹੋ ਜਾਏ ਨਾ, ਇਹ ਹੁਣ ਕਿਉਂਕਿ ਪੋਲੀਟੀਕਲ ਸਟੇਟਮੈਂਟ ਆ, ਕਿਉਂਕਿ ਆਮ ਆਦਮੀ ਪਾਰਟੀ ਨੂੰ ਡੰਟ ਪਿਆ ਅਰਵਿੰਦ ਕੇਜਰੀਵਾਲ ਦੇ ਫੜੇ ਜਾਣ ਕਰਕੇ, ਜਿਹੜਾ ਪ੍ਰਚਾਰ ਦੇ ਵਿੱਚ ਆ ਉਹ ਆਮ ਆਦਮੀ ਪਾਰਟੀ ਨੂੰ ਡੰਟ ਪਿਆ, ਨੁਕਸਾਨ ਹੋ ਰਿਹਾ।